ਰਵਿੰਦਰ ਕਿਉਂ ਨਹੀਂ ਤੈਨੂੰ ਕੋਈ ਗੱਲ ਸਮਝ ਆਉਂਦੀ ਸਰ ਜੀ ਕੀ ਹੋਇਆ ਐਤਕੀ ਫਿਰ ਤੇ ਨੰਬਰ ਕਿੰਨੇ ਘੱਟ ਆਏ ਆ ਪੇਪਰਾਂ 'ਚ ਸਰ ਕੋਸ਼ਿਸ਼ ਤਾਂ ਬਹੁਤ ਕੀਤੀ ਸੀ ਪੜ੍ਹਨ ਦੀ ਚਲੋ ਗੁੱਸਾ ਛੱਡੋ ਪਾਸ ਤੇ ਹੋ ਗਿਆ ਪਾਸ ਤੇ ਹੋ ਗਿਆ ਉਹ ਮੇਰੀ ਮਿਹਰਬਾਨੀ ਆ ਤੇਰਾ ਬਾਪੂ ਦੋਸਤ ਹੀ ਮੇਰਾ ਜੀ ਸਰ ਫਰਜ਼ ਸੀ ਤੁਹਾਡਾ ਪਰ ਅਗਲੀ ਵਾਰ ਤਾਂ ਤੇਰੇ ਭਰਾ ਨਾਲ ਗੱਲ ਕਰਨੀ ਪੈਣੀ ਹੁਣ ਨਾ ਨਾ ਸਰ ਪਟਾਕੇ ਨਾ ਪਵਾ ਰਿਹਾ ਮੈਂ ਕਿਤੇ ਪਟਾਕੇ ਤਾਂ ਬੁੱਤ ਪੈਣਗੇ ਜੀ ਚਲੋ ਸਰ ਅਗਲੀ ਵਾਰੀ ਵਾਅਦਾ ਕਰਦਾ ਅਗਲੀ ਵਾਰੀ ਨਹੀਂ ਸ਼ਿਕਾਇਤ ਆਉਣ ਦਿੰਦਾ ਤੁਹਾਨੂੰ ਸਰ ਮੈਨੂੰ ਬੁਲਾਇਆ ਸੀ ਹਾਂ ਮੰਤਰੀ ਦਾ ਆਪਣਾ ਰਿਜ਼ਲਟ ਵੇਖ ਲਾ ਠੀਕ ਸਰ ਓਏ ਮਨ ਕਿੰਨੇ ਨੰਬਰ ਓਏ ਰਵਿੰਦਰ ਚੱਲ ਬਾਹਰ ਤੂੰ ਚੰਗਾ ਮਨ ਮੈਂ ਜਾਣਾ ਬਾਹਰ ਦੀ ਕਰਦਾ ਤੇਰੀ ਮਸਤ ਚੱਲ ਠੀਕ ਚੰਗਾ ਸਰ ਜੀ ਤੂੰ ਮਨਪ੍ਰੀਤ ਮਨ ਲਾ ਕੇ ਪੜ੍ਹਾਈ ਕਰਿਆ ਕਰ ਤੇ ਤੋਂ ਬਹੁਤ ਉਮੀਦ ਆ ਮੈਨੂੰ ਬਹੁਤ ਅੱਗੇ ਤੱਕ ਜਾਏਗਾ ਤੂੰ ਆਪਣੀ ਤੇ ਪੂਰੀ ਤਿਆਰੀ ਆ ਪਰ ਐਰਕੀ ਥੋੜੀ ਜਿਹੀ ਫੀਸ ਲੇਟ ਦਵਾਂਗਾ ਕੋਈ ਗੱਲ ਨਹੀਂ ਪੁੱਤ ਮੈਂ ਬੈਠਾ ਹਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਕੋਈ ਠੀਕ ਹੈ ਸਰ ਚਿੰਤਾ ਨਹੀਂ ਕਰਨੀ ਕਿਸੇ ਗੱਲ ਦੀ ਵੀ ਆਪਣੇ ਯਾਰ ਨੂੰ ਵੀ ਥੋੜਾ ਸਮਝਾਇਆ ਕਰ ਉਹ ਪੜ੍ਹਾਈ ਵਾਲੇ ਬੰਨੇ ਲੱਗੇ ਸਰ ਮੈਂ ਤੇ ਬਹੁਤ ਕਹਿਣਾ ਪਰ ਉਹ ਪੜ੍ਹਾਈ ਵਾਲੇ ਬੰਨੇ ਹੁੰਦਾ ਨਹੀਂ ਉਹ ਕਹਿੰਦਾ ਪੜ੍ਹ ਕੇ ਕੀ ਲੈਣਾ ਪਰ ਕੋਈ ਨਾ ਫਿਰ ਵੀ ਉਹਨੂੰ ਇੱਕ ਵਾਰ ਜਾਏ ਸਮਝਾਈ ਠੀਕ ਹੈ ਸਰ ਬਾਕੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਬੈਠਾ ਨਾ ਠੀਕ ਹੈ ਸਰ ਚਲੋ ਠੀਕ ਹੈ ਮੈਂ ਚੱਲਦਾ ਓਕੇ ठीक ठाक वधिया जी और बैठो बैठे और मास्टर जी आज कितना आने हैं साढ़े यार बस इतना ही मैं सोच दियो नहीं कभी आए नहीं आहो सोची था ते गा पर करांच भी बहुत काम कर रहे हैं और कि मैं चली जाने वधिया दुकानदारी हाँ जी चली जाने बस जी चलो मैं जा लगे यार मास्टर जी हो गया निका पास तुसी ते कहिंदे सी काम औखा इस बार ਕੰਮ ਤੇ ਹੁਣ ਵੀ ਬੜਾ ਔਖਾ ਹੈ ਮਹਾ ਪਾਸ ਹੋਇਆ ਜੀ ਇਸੇ ਕਰਕੇ ਤਾਂ ਮੈਂ ਤੁਹਾਡੇ ਹੱਲ ਆਇਆ ਹਾਂ ਘਰੇ ਤਾਂ ਸਾਨੂੰ ਕਹਿੰਦਾ ਮੈਂ ਪੜਦਾ ਬਹੁਤ ਹੈ ਇਹਦਾ ਤਾਂ ਕੰਮ ਖਰਾਬ ਲੱਗਦਾ ਮੈਨੂੰ ਹਾਂ ਕੰਮ ਤੇ ਬਹੁਤ ਖਰਾਬ ਹੈ ਮੈਂ ਅੱਗੇ ਇਹਦੇ ਨਾਲ ਦਾ ਮੁੰਡਾ ਵੀ ਉਹ ਵੀ ਕਿੰਨਾ ਪੜਦਾ ਹੈ ਮੈਂ ਉਹ ਬੜੀ ਆਖਿਆ ਵੀ ਇਹਨੂੰ ਸਮਝਾਇਆ ਕਰੇ ਸਮਝਦਾ ਹੀ ਨਹੀਂ ਧਿਆਨ ਹੀ ਨਹੀਂ ਦਿੰਦਾ ਉਹ ਪੜਾਈ ਵਾਲੇ ਬੰਦੇ ਮਾਸਟਰ ਜੀ ਥੋੜਾ ਸਮਝਾਇਆ ਕਰੋ ਇਹਨੂੰ ਬਾਪੂ ਅੱਗੇ ਸਿਰ ਤੇ ਨਹੀਂ ਹੈ ਇਹਦੀ ਸਾਰੀ ਪੜਾਉਣ ਦੀ ਮੇਰੀ ਜ਼ਿੰਮੇਵਾਰੀ ਹੈ ਹਾਂ ਉਹ ਧਿਆਨ ਤੇ ਬਹੁਤ ਰੱਖੀਦਾ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੇਰੇ ਹੱਲ ਸ਼ਾਮ ਨੂੰ ਭੇਜ ਦਿਆ ਕਰ ਹੁਣ ਤਾਂ ਗਿਆ ਉਹ ਨਾਨਕੇ ਆਉਂਦਾ ਤੇ ਫਿਰ ਮੈਂ ਤੁਹਾਡੇ ਹੱਲ ਭੇਜਿਆ ਕਰਦਾ ਠੀਕ ਹੈ ਠੀਕ ਹੈ ਅੱਛਾ ਹੋਰ ਕੋਈ ਨਾ ਤੂੰ ਜਾਦੀ ਉਹਦੀ ਟੈਨਸ਼ਨ ਨਾ ਲਿਆ ਕਰ ਰਵਿੰਦਰ ਜੀ ਠੀਕ ਹੈ ਹੈਲੋ ਬਾਈ ਜੀ ਕੀ ਹਾਲ ਹੈ ਠੀਕ ਹੈ ਮਾਸਟਰ ਜੀ ਯਾਰ ਗੱਲ ਸੁਣ ਰਵਿੰਦਰ ਸਕੂਲ ਨਹੀਂ ਆਉਂਦਾ ਟਾਈਮ ਸਿਰ ਕਿਉਂ ਕੀ ਗੱਲ ਛੁੱਟੀਆਂ ਬਹੁਤ ਕਰਦਾ ਹੈ ਨਹੀਂ ਮਾਸਟਰ ਜੀ ਘਰੋਂ ਤਾਂ ਰੋਜ਼ ਜਾਂਦਾ ਸਕੂਲ ਤੋਂ ਪਹੁੰਚਦਾ ਨਹੀਂ ਕਿੱਥੇ ਰਹਿ ਜਾਂਦਾ ਚਲੋ ਠੀਕ ਹੈ ਮੈਂ ਪੁੱਛਦਾ ਹਾਂ 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 ਜ਼ਿਆਦਾ ਗੁੱਸਾ ਨਾ ਕਰੀ ਪੁੱਛਣ ਦੀ ਕੋਸ਼ਿਸ਼ ਕਰੀ ਕਿ ਜਾਂਦਾ ਕਿੱਥੇ ਹੈ ਠੀਕ ਹੈ ਜੀ ਮਾਸਟਰ ਕੀ ਹਾਲ ਹੈ ਜੀ ਤੇ ਵਧੀਆ ਵਧੀਆ ਹੋਰ ਕੀ ਹੋਇਆ ਵਧੀਆ ਵਧੀਆ ਕੀ ਗੱਲ ਬੜਾ ਪਰੇਸ਼ਾਨ ਹੈ ਉਹ ਯਾਰ ਆ ਨਿੱਕਾ ਪੜਦਾ ਨਹੀਂ ਇਹਦੀ ਟੈਨਸ਼ਨ ਲੱਗੀ ਰਹਿੰਦੀ ਸਾਰੀ ਦਿਹਾੜੀ ਚੱਲ ਕੋਈ ਨਾ ਟੈਨਸ਼ਨ ਨਾ ਲੈ ਆਪਣੇ ਲਾਂਬੇ ਪਿੰਡ ਹੈਗਾ ਬਾਬਾ ਚੱਲਦੇ ਆ ਆਪਾਂ ਤੇਰੀਆਂ ਸਾਰੀਆਂ ਚਿੰਤਾਵਾਂ ਦਾ ਸਾਰੇ ਹੱਲ ਕਰ ਦੇ ਤੂੰ ਟੈਨਸ਼ਨ ਨਾ ਲੈ ਬਸ ਠੀਕ ਹੈ ਕਿਦੋਂ ਚੱਲੀਏ ਫਿਰ ਆਪਾਂ ਹੁਣੇ ਚੱਲ ਜਾਣੇ ਬਸ ਚੱਲੀਏ ਫਿਰ ਚਲੋ ਆ ਜਾਓ ਚਲੋ सारे मसले हल हो जाएंगे ਕੀ ਗੱਲ ਭਗਤਾ ਬੜਾ ਪਰੇਸ਼ਾਨ ਹੈ ਹਾਂਜੀ ਬਾਬਾ ਜੀ ਬਹੁਤ ਵੱਡੀ ਪਰੇਸ਼ਾਨੀ ਚੋਂ ਨਿਕਲ ਕੇ ਆਇਆ ਮੈਂ
की है तेरी चिंता का कारण? बाबा जी मेरा एको एक भरा है, उदा पढ़ाई च मन नहीं लगता। मैं बहुत जथावां ते जाके वेख लिया पर किते तां कोई गल नहीं बनी। कोई गल नहीं भगता, हुण तू साडे कोल आ गया है, हुण चिंता तेरियां सारियां दूर हो जाणगियां। धन्नवाद बाबा जी। आ ले भगता, आ पुड़ी जाके अपने भरा नूं दे दी, सारे काम रास हो जाणगे तेरे। ठीक है बाबा जी। बाबा जी, पुड़ी दा असर कदों होऊगा? भगता असर ही होएगा, पहला जाके पुड़ी दो तां सही। बाकी मेरे ध्यान च आ रहा है कि तुहाडे भरा दी संगत बिल्कुल सही नहीं है। सही क्या बाबा जी, कोई हल भी करो इहदा। भगता हल तां हैगा है, पर तेरे कोलों होणा नहीं ओ। दसो सही बाबा जी, मैं करांगा। भेटा लगेगी थोड़ी जिही। किन्नी क भेटा लगूगी बाबा जी? भेटा भगता 5500 तक लगेगी। ऐरकी ते बाबा जी मैं लैके नहीं आया। चलो कोई गल नहीं, तुसी ना मेरे को वीरवार वाले दिन आयो, नाले अपने भरा नूं लायो, नाले भेटा लायो। ठीक है बाबा जी। अच्छा जी बाबा जी। पैरी बहना बाबा जी, दूजा एक नारियल नदी जल प्रवाह करना पैना है। ठीक है जी बाबा जी। जा तू इन्हां दे भरा नाल जाके नारियल जल प्रवाह करिया। जो कम बाबा जी, जा वीरे करिया जाके। आगे भगतो जल प्रवाह करके। हाँ जी बाबा जी। बह जाओ फिर। हाँ जी बाबा जी, हुण हो जूगा ना हाड़ी चिंता दा हल? हाँ जी, सब हल हो जूगा। नारियल तुसी जल प्रवाह कर आए जे। ठीक है जी। ते तुसी भेटा दे दो, आपां उहदा रात नूं हवन करांगे। ठीक है जी। हाँ जी ठीक है। आलो बाबा जी, सब कार्ज सिद्ध हो जाणगे तुहाडे। ठीक है जी बाबा जी। चंगा जी बाबा जी। चंगा भी नहीं बाबा जी। हाँ फिर किवें लगा बाबा जी कोल? भरा तू कि कमां विच पै गया, एवें कुछ नहीं हुंदा। तुसीं किन्ने पैसे खराब किए अज्ज? मैं भी की करा, पढ़दा ते तू हैगा नहीं। पढ़दा ते हैगा वा, हुण मैनूं नहीं समझ आउंदा कुछ, मैं की करा। ताई तां बाबा जी कोल गया सी, उह कहिंदे कसर आए नूं कोई। जा भरा, तू पागल बढ़ जांदा, लोक वेख के हसणगे। कोई ना हस लैण दे, मैं तां तैनूं पढ़ा के ही हटूं। मैं उन्ना करे अड्डे तों हो गए। चल फिर वेड़े ना करे आ जी। आ गया भगता। हाँ बाबा आ गया। वो तेरी कुड़ी का कोई असर होया नहीं है, वो मेरा भरा फिर फेल हो गया है, वो मुंडा नाल दा फिर पास हो गया, तू देना हो फेल हो जूगा, पास हो जूगा, इदा किदा हो जूगा? वो भगता तू उदो भेटा थोड़ी देके गया।
ਹੁਣ ਭੇਡਾ ਹੋਰ ਦੇ ਤੇਰੇ ਸਾਰੇ ਕੰਮ ਜਾ ਜਾ ਬਾਬਾ ਪਖੰਡੀ ਵੱਡਾ ਤੂੰ ਸਾਧ ਬਣਿਆ ਫਿਰਦਾ ਹੈ ਵੱਡਾ ਪਖੰਡੀ ਮੈਂ ਦਿੰਦਾ ਕਰਨਾ ਬਾਜ ਨਹੀਂ ਬੋਲੀਦਾ ਮੈਂ ਦਿੰਦਾ ਬੋਲਣਾ ਜਾ ਕਰ ਰਿਹਾ ਮੈਂ ਦਿੰਦਾ ਬੋਲਣਾ ਨਹੀਂ ਨਿਕਲਦਾ ਜਾ ਨਿਕਲੇ ਸੋਨੇ ਕੰਨੇ ਮੈਂ ਦਿੰਦਾ ਕਰਨਾ ਹੀ मास्टर जी एदी टेंशन लगी रही पढ़ता नहीं गल ते हो रहा हुण ते सच दस दे केड़ा सच दसदा मास्टर जी दसो अहीं तैनूं देख लएगा जदों धक्के खा गए वाह ओए रब्बा कैसा भाई है मेरा मैनू वो धक्के मार रहे आ ये देख रहे मैनू होर की करते अं तू उ मूर्ख बनता रहा हूँ तेन धक्के खा गए समझ आ गई होनी अं उ तेन वेख नहीं डे अ पखंडी बाबे की वीडियो बना डे अं पखंडी बाबे ने पुलिस हवाले कर रहे हूँ जीत ये कि कामों के पै गया तू य सारिया अंध विश्वास दिया गल जे इदा हो लगे तो सारे बच्चे बिना मेहनत करने तो ना पास हो जाए वीरे मैं तेतों छोटा वा पर इन समझ मैनू भी आ कि जो कुछ मिलता वा मेहनत ना मिलता वा देखो कि गुरु नानक देव उपदेश भुल गया लगता मैनू भी पापा का पागीदार बनाता तू की सोचता बाप अपना रब को बैठा तेन पता यार मेरे नाल रविंदर ने वादा किया मन ला के पढ़ाई करूंगा तेन दुखी नहीं वेख सकता मैनू सारे माफ कर दो मैं अपने भरा के मोह में आके बहुत वड्डा पाप कर लिया वीरे दाता बख्शन आ रहा नाले मैं तेन देख लिया जो तू पुड़ी मिला रहा है ना तो मैं अपने यार नू खाना खाने दिता और देख यार ये सब अंध विश्वास दी गल जो खाना खा भी लेंदा उन्हें कुछ नहीं होना मास्टर जी जहर भी हो सकता है पुड़ी च इसलिए मैं अपने यार नू खाना खान नहीं दिता मास्टर जी मैं बहुत वड्डा पाप किया मैं माफ़ी दे लायक नहीं है चल कोई नहीं अहीं तेनू माफ़ किया चल उठ गुरु घर भुल बख्शा आने चलो जी सच्चा सिख सच बोले पढ़ लो गुरबाणी गुरुआं दी जाग आ जानी सुती सोच नू वेख के हक वी मिल जाने सारे ने मगर लगे किसे भेखी दे सच कित्थों बाहर आ जावेगा कम ही जिसदा झूठ बोलना फिर इंसाफ कित्थों मिल जावेगा फिर इंसाफ कित्थों मिल जावेगा।